ਫਸਲ ਦਾ ਬੇਮੌਸਮੀ ਬਾਰਿਸ਼ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਪੰਜਾਬ 'ਚ। ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਜਦੋਂ ਬਾਰਿਸ਼ਾਂ ਪੈ ਕੇ ਹਟੀਆਂ ਅਗਲੇ ਦਿਨ ਹੀ ਤੁਹਾਡੇ ਨਾਲ ਗੱਲ ਕੀਤੀ ਸੀ, ਲੇਕਿਨ ਆਹਿਸਤਾ ਆਹਿਸਤਾ ਸਾਰੇ ਪੰਜਾਬ ਦੇ ਵਿੱਚ ਪਤਾ ਲੱਗਿਆ ਕਿ 40% 40% ਕਣਕ ਦੀ ਫਸਲ ਤਬਾਹ ਹੋ ਗਈ ਹੈ ਇਸ ਮੌਜੂਦਾ ਸੀਜ਼ਨ ਦੇ ਵਿੱਚ। ਔਰ ਮਾਲਵੇ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ, ਗੜੇਮਾਰੀ ਵੀ ਹੋਈ ਆ ਬਾਰਿਸ਼ ਦੇ ਨਾਲ। ਸਾਡੇ ਦੁਆਬੇ ਦੇ ਵਿੱਚ, ਮਾਝੇ ਦੇ ਵਿੱਚ ਇੱਕ ਪੂਰਾ ਪੈਟਰਨ ਹੈ ਕਿ ਕਣਕਾਂ ਵਿਛ ਗਈਆਂ ਬਿਲਕੁਲ। ਔਰ 40% ਰਿਪੋਰਟ ਹੋ ਰਿਹਾ ਵਾ, ਅਖਬਾਰਾਂ ਵਾਲੇ ਰਿਸਰਚ ਕਰਨ ਵਾਲੇ ਜਿਹੜੇ ਐਗਰੀਕਲਚਰ ਫਾਰਮ ਸਾਇੰਟਿਸਟ ਹੈ ਉਹਨਾਂ ਦੀ ਰਿਪੋਰਟਸ ਨੇ। ਹੁਣ 40% ਨੁਕਸਾਨ ਜਿਹੜਾ ਵਾ ਪੰਜਾਬ ਦੀ ਕਣਕ ਦਾ ਅਗਰ ਦੇਖੀਏ ਤਾਂ ਬਹੁਤ ਵੱਡਾ ਨੁਕਸਾਨ ਹੈ। ਅਤੇ ਜਿਹੜਾ ਮੁਆਵਜ਼ਾ ਐਲਾਨ ਕੀਤਾ ਚੀਫ ਮਿਨਿਸਟਰ ਭਗਵੰਤ ਮਾਨ ਦੀ ਗੌਰਮੈਂਟ ਨੇ, ਇਹਨਾਂ ਨੇ ਕੁਛ ਸ਼ਰਤਾਂ ਰੱਖੀਆਂ ਨੇ ਕਿ ਅਗਰ ਇੰਨੀ ਫਸਲ ਇਹਦੇ ਤੋਂ ਜ਼ਿਆਦਾ ਤਬਾਹ ਤਾਂ ਫਿਰ ਅਸੀਂ 100% ਦਿਆਂਗੇ। 100% ਦੇ ਵਿੱਚ ਇਹਨਾਂ ਨੇ ਮੁਆਵਜ਼ਾ ਰੱਖਿਆ 15,000 ਰੁਪਇਆ ਪ੍ਰਤੀ ਏਕੜ। ਹਾਲਾਂਕਿ ਅਰਵਿੰਦ ਕੇਜਰੀਵਾਲ ਐਂਡ ਪਾਰਟੀ ਜਦੋਂ ਦਿੱਲੀ ਨੁਕਸਾਨ ਦਾ ਖਰਾਬਾ ਦਿੱਤਾ ਸੀ ਤਾਂ ਇਹਨਾਂ ਨੇ 50,000 ਰੁਪਇਆ ਪ੍ਰਤੀ ਹੈਕਟੇਅਰ ਯਾਨੀ ਕਿ 20,000 ਰੁਪਇਆ ਪ੍ਰਤੀ ਏਕੜ ਦਿੱਤਾ ਸੀ। ਔਰ ਕਿਉਂਕਿ ਉੱਥੇ ਦਿੱਲੀ ਰਕਬਾ ਥੋੜ੍ਹਾ ਵਾ, ਫਸਲਾਂ ਘੱਟ ਨੁਕਸਾਨ ਹੁੰਦੀਆਂ, ਉਹਨਾਂ ਨੇ ਇੱਕ ਗੱਲ ਬਣਾਤੀ ਕਿ ਅਸੀਂ ਐਡਾ ਵੱਡਾ ਮੁਆਵਜ਼ਾ ਦੇਸ਼ ਵਿੱਚ ਕਦੇ ਕਿਸੇ ਨੇ ਨਹੀਂ ਦਿੱਤਾ। ਚਲੋ ਅੱਛੀ ਗੱਲ ਕੀਤੀ ਉਹ ਵੀ। ਤਾਂ ਹੁਣ ਅਗਰ ਉਹ ਫਾਰਮੂਲਾ ਲਾਗੂ ਹੁੰਦਾ ਤਾਂ ਫਿਰ 20,000 ਰੁਪਇਆ ਪ੍ਰਤੀ ਏਕੜ ਸਾਨੂੰ ਇੱਥੇ ਮਿਲਣਾ ਚਾਹੀਦਾ। ਪਰ ਚਲੋ ਪੈਸੇ ਦੀ ਸ਼ੋਰਟੇਜ ਆ, ਸਰਕਾਰ ਦੇ ਕੋਲ ਫੰਡਸ ਦੀ ਕਮੀ ਅਸੀਂ ਸਮਝਦੇ ਹਾਂ। 15,000 ਰੁਪਇਆ ਜਿਹੜਾ ਹੈਗਾ ਇਹ ਹੁਣ ਇੱਕ ਸਰਲ ਤਰੀਕੇ ਨਾਲ ਦੇਣਾ ਚਾਹੀਦਾ ਕਿਸਾਨਾਂ ਨੂੰ, ਕਿਉਂਕਿ ਮੈਨੂੰ ਪਿੰਡਾਂ ਦੇ ਵਿੱਚੋਂ, ਮੈਂ ਕੱਲ੍ਹ ਪਰਸੋਂ ਲੁਧਿਆਣੇ ਗਿਆ ਸੀਗਾ, ਉੱਥੇ ਸਾਰੇ ਕਿਸਾਨ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਪਟਵਾਰੀ ਜਿਹੜੇ ਨੇ ਜਾਂ ਜਿਹੜੇ ਮਾਲ ਮਹਿਕਮੇ ਦੇ ਅਫਸਰ ਆਉਂਦੇ ਨੇ ਉਹ ਬਹੁਤ ਸ਼ਰਤਾਂ ਲਾਉਂਦੇ ਨੇ ਤੁਹਾਡੀ ਕਣਕ ਜਿਹੜੀ ਆ ਉਹਦੇ 'ਚ ਪਾਣੀ ਖੜ੍ਹਾ ਹੋਣਾ ਚਾਹੀਦਾ, ਉਹ ਗਲੀ ਹੋਣੀ ਚਾਹੀਦੀ ਆ, ਉਹ ਮਤਲਬ ਕਈ ਤਰ੍ਹਾਂ ਦੀਆਂ ਨਿੱਕੀਆਂ ਸ਼ਰਤਾਂ ਗਣਾ ਕੇ ਉਹਨਾਂ ਨੂੰ ਉਸ ਜਿਹੜਾ ਹੈ ਮੁਆਵਜ਼ੇ ਤੋਂ ਵਾਂਝੇ ਕਰ ਦਿੰਦੇ ਕਿਸਾਨਾਂ ਨੂੰ। ਔਰ ਕਈ ਤਾਂ ਕਹਿ ਰਹੇ ਨੇ ਕਿ ਸਾਡਾ ਬਿਲਕੁਲ ਹੀ ਉਹਨਾਂ ਨੇ ਆਊਟਰਾਈਟਲੀ ਕਲੇਮ ਰਿਜੈਕਟ ਕਰਤਾ। ਕਈ ਕਹਿ ਰਹੇ ਨੇ ਕਿ ਸਾਨੂੰ ਮੁਆਵਜ਼ਾ ਜਿਹੜਾ ਹੈ ਉਹ ਬਹੁਤ ਥੋੜ੍ਹਾ ਦੇਣ ਦੇ ਸੰਕੇਤ ਦੇ ਰਹੀ ਸਰਕਾਰ। ਇਹ ਹੁਣ ਇਮਤਿਹਾਨ ਦੀ ਘੜੀ ਹੈ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ, ਜਿਹੜੀ ਕਹਿੰਦੇ ਕਿ ਅਸੀਂ ਇੱਕ ਅਲੱਗ ਤਰ੍ਹਾਂ ਦੀ ਰਾਜਨੀਤੀ ਕਰਦੇ ਹਾਂ, ਅਸੀਂ ਬਦਲਾਵ ਲੈ ਕੇ ਆਵਾਂਗੇ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਵੀ ਕਦੀ ਚੱਜ ਦਾ ਮੁਆਵਜ਼ਾ ਨਹੀਂ ਦਿੱਤਾ। ਇਹ ਗੱਲ ਸਵੀਕਾਰ ਕਰਨ ਯੋਗ ਆ। ਐਵੇਂ 5-7,000 ਰੁਪਇਆ ਪ੍ਰਤੀ ਏਕੜ ਦਾ ਮੁਆਵਜ਼ਾ ਜਿਹੜਾ ਕਿ ਬਹੁਤ ਥੋੜ੍ਹਾ ਵਾ, ਜਦਕਿ ਜਿਹੜਾ ਅਗਰ ਆਪਾਂ ਲਾ ਲਈਏ ਕਿ 10 ਕੁਇੰਟਲ ਵੀ ਕਿਸੇ ਦੀ ਕਣਕ ਖਰਾਬ ਹੋ ਜਾਵੇ, ਤੁਸੀਂ ਦੇਖ ਹੀ ਰਹੇ ਹੋ ਪਿੱਛੇ, ਹੁਣ ਤਾਂ ਚਲੋ ਸ਼ਾਇਦ ਨਹੀਂ ਦਿਸ ਰਿਹਾ ਤੁਹਾਨੂੰ, ਅਗਰ 10 ਕੁਇੰਟਲ ਵੀ ਝਾੜ ਘੱਟ ਜੇ ਕਣਕ ਦਾ ਤਾਂ ਸਮਝ ਲਓ 20-25,000 ਰੁਪਏ ਦਾ ਲੋਸ ਆ ਉਸ ਕਿਸਾਨ ਨੂੰ। ਅਤੇ ਬਣਦਾ ਤਾਂ ਇਹ ਆ ਅਸੂਲਨ ਕਿ ਜਿਹੜਾ ਜਿੰਨਾ ਵੀ ਕਿਸੇ ਦਾ ਨੁਕਸਾਨ ਹੋਇਆ ਕਿਸਾਨਾਂ ਦਾ, ਉਹਨਾਂ ਨੂੰ ਮੁਆਵਜ਼ਾ ਜਿਹੜਾ ਹੈ ਉਹ ਕੰਪਲੀਟ ਮਿਲਣਾ ਚਾਹੀਦਾ, ਕਿਉਂਕਿ ਕਿਸਾਨ ਪਹਿਲਾਂ ਹੀ ਬਹੁਤ ਹਤਾਸ਼ ਆ, ਬਹੁਤ ਵੱਡੇ ਕਰਜ਼ੇ ਦੀ ਮਾਰ 'ਤੇ ਆ। 1,00,000 ਕਰੋੜ ਦਾ ਕਰਜ਼ਈ ਬੈਂਕਾਂ ਦਾ, ਆੜ੍ਹਤੀਆਂ ਦਾ, ਜਿਹੜਾ ਕਾਫੀ ਅਰਸੇ ਤੋਂ ਆਪਾਂ ਸੁਣ ਰਹੇ ਹਾਂ। ਆਤਮ ਹੱਤਿਆ ਬਹੁਤ ਜ਼ਿਆਦਾ ਕਿਸਾਨਾਂ 'ਚ ਹੋ ਰਹੀਆਂ ਨੇ। ਔਰ ਪੰਜਾਬ ਐਗਰੀਰੀਅਨ ਸਟੇਟ ਹੈ, ਪੰਜਾਬ ਦਾ ਸਾਰਾ ਕੁਛ ਖੇਤੀ 'ਤੇ ਨਿਰਭਰ ਆ। ਜੇ ਮੈਂ ਥੋੜ੍ਹੀ ਜਿਹੀ ਤੁਹਾਨੂੰ ਬਜਟ ਦੀ ਗੱਲ ਸੁਣਾਵਾਂ ਤਾਂ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਇਸ ਵਾਰ ਬਜਟ 'ਚ ਸਰਕਾਰ ਨੇ ਜਿਹੜੇ ਪੈਸੇ ਰੱਖੇ ਨੇ ਐਗਰੀਕਲਚਰ ਸੈਕਟਰ ਲਈ, ਉਹ ਸ਼ਾਇਦ 11,000 ਤੇ 888 ਕਰੋੜ ਰੁਪਇਆ ਰੱਖਿਆ ਸੀਗਾ, ਸਮਵੇਅਰ ਅਰਾਊਂਡ ਦੈਟ, ਸ਼ਾਇਦ 12,888 ਕਰੋੜ। ਅਗਰ ਉਹਦੇ 'ਚੋਂ ਆਪਾਂ ਬਿਜਲੀ ਦੀ ਸਬਸਿਡੀ ਕਰ ਦਈਏ, ਜਿਹੜੀ ਮੁਫਤ ਟਿਊਬਵੈਲਸ ਨੂੰ ਬਿਜਲੀ 'ਚ ਜਾਂਦੀ ਆ, ਅਗਰ ਆਪਾਂ ਉਹ ਕੱਢ ਦਈਏ ਕੋਈ 9,500 ਕਰੋੜ ਰੁਪਇਆ, ਤਾਂ ਐਗਰੀਕਲਚਰ ਸੈਕਟਰ ਵਾਸਤੇ ਸਿਰਫ 4,000 ਕਰੋੜ ਰੁਪਇਆ ਬਚਦਾ ਸਰਕਾਰ ਦੇ ਕੋਲ, ਜਿਹੜਾ ਇਹਨਾਂ ਨੇ ਆਪਣੇ ਬਜਟ ਵਿੱਚ ਰੱਖਿਆ ਵਾ। ਹੁਣ 4,000 ਕਰੋੜ ਨਾਲ ਕਿਹੜੀ ਰਿਸਰਚ ਕਰਨਗੇ, ਕਿਹੜਾ ਖਰਾਬਾ ਦੇਣਗੇ, ਕਿਹੜੀਆਂ ਕੋਈ ਨਵੇਂ ਬੀਜ, ਨਵੀਆਂ ਗੱਲਾਂ, ਕੋਈ ਹੋਰ ਸਬਸਿਡੀਜ਼ ਦੇਣਗੇ, ਨਹੀਂ ਦੇ ਸਕਦੇ। ਇਹ ਜਿਹੜਾ ਖਰਾਬਾ ਹੈ ਇਹਦੇ ਲਈ ਥੋੜ੍ਹਾ ਜਿਹਾ ਇਹਨਾਂ ਨੇ ਇੱਕ ਫਲੱਡ ਰਿਲੀਫ ਜਾਂ ਜਿਹੜਾ ਹੁੰਦਾ ਨੈਚੁਰਲ ਕਲੈਮਿਟੀ ਫੰਡ ਹੁੰਦਾ ਸਰਕਾਰ ਦੇ ਕੋਲ, ਉਹਦੇ 'ਚ ਕੁਛ ਕੇਂਦਰ ਸਰਕਾਰ ਵੀ ਪਾਉਂਦੀ ਆ। ਇਹ ਜਿਹੜਾ ਖਰਾਬਾ ਹੈ ਇਹ ਕਿਸਾਨਾਂ ਨੂੰ, ਸਾਡੀ ਮੰਗ ਆ, ਕਾਂਗਰਸ ਪਾਰਟੀ ਦੀ ਨਿਕਲਿਆਂ ਦੀ ਮੰਗ, ਇਹ ਸਮੂਹ ਪੰਜਾਬ ਦੇ ਕਿਸਾਨਾਂ ਦੀ ਜਥੇਬੰਦੀਆਂ ਵੱਲੋਂ ਬਹੁਤ ਲਗਾਤਾਰ ਨਿਰੰਤਰ ਮੰਗ ਉੱਠੀ ਕਿ ਉਹਨਾਂ ਨੂੰ ਖਰਾਬਾ ਜਿਹੜਾ ਹੈ ਉਹ ਤੁਰੰਤ ਮਿਲੇ ਅਤੇ ਪੂਰਾ ਮਿਲੇ। ਪੂਰਾ ਮਤਲਬ ਕਿ 15,000 ਰੁਪਇਆ ਕੁਛ ਨਹੀਂ ਗਾ, ਮੈਂ ਤੁਹਾਨੂੰ ਦੱਸਤਾ ਪਹਿਲਾਂ ਕਿ ਜੇ 10 ਕੁਇੰਟਲ ਵੀ ਕਿਸੇ ਦੀ ਕਣਕ ਖਰਾਬ ਹੋ ਗਈ ਤਾਂ ਇੰਨਾ ਕੰਪਨਸੇਸ਼ਨ ਵੀ ਨਹੀਂ ਗੀ, ਅਤੇ ਘੱਟੋ ਘੱਟ ਚਲੋ ਤੁਸੀਂ ਕਹਿ ਰਹੇ ਹੋ ਕਿ ਅਸੀਂ 15,000 ਰੁਪਇਆ ਦਿਆਂਗੇ, ਇੱਕ ਯੂਨੀਵਰਸਲ ਇਹਦਾ ਰੇਟ ਫਿਕਸ ਕੀਤਾ ਜਾਵੇ। ਇਹ ਨਹੀਂ ਕਿ ਤੇਰੇ 'ਚ ਆਹ ਨੁਕਸ ਆ, ਤੇਰਾ ਆਹ ਦਾਣਾ ਖਰਾਬ ਆ, ਤੇਰਾ ਇੱਦਾਂ ਕਣਕ ਵਿਛੀ ਨਹੀਂ, ਤੇਰੇ 'ਤੇ ਇੱਦਾਂ ਪਾਣੀ ਆ। ਇਹ ਤਾਂ ਫਿਰ ਥੱਲੇ ਉਹਨਾਂ ਨੂੰ ਮੌਕਾ ਮਿਲ ਜੂਗਾ ਮਾਲ ਮਹਿਕਮੇ ਦੇ ਅਫਸਰਾਂ ਨੂੰ, ਉਹ ਪੱਖਪਾਤ ਤਾਂ ਕਰਨਗੇ ਨਾਲ ਪੈਸੇ ਵੀ ਲੈਣਗੇ ਕਿਸਾਨਾਂ ਤੋਂ ਕਿ ਤੈਨੂੰ ਅਸੀਂ ਮੁਆਵਜ਼ਾ 15,000 ਦਿਆਂਗੇ 100% ਲੋਸ ਦਾ, ਪਰ ਇਹਦੇ 'ਚੋਂ ਅਸੀਂ 5,000 ਰੁਪਇਆ ਏਕੜ ਦਾ ਲਵਾਂਗੇ। ਇਹ ਪੁਰਾਣੀ ਰਵਾਇਤ ਚੱਲੀ ਆਉਂਦੀ ਸਰਕਾਰ ਦੇ ਵਿੱਚ, ਆਪਾਂ ਸਭ ਨੂੰ ਪਤਾ ਵਾ। ਸੋ ਔਰ ਭਗਵੰਤ ਮਾਨ ਮੇਰੇ ਖਿਆਲ ਇਹਨਾਂ ਨੂੰ ਆਪਣੀ ਜਿਹੜਾ ਇਹ ਮੁਆਵਜ਼ਾ ਇਹ ਆਪ ਮੋਨੀਟਰ ਕਰਨਾ ਚਾਹੀਦਾ ਵਾ,
ਸਾਰੇ ਜ਼ਿਲ੍ਹਿਆਂ ਦੇ ਡੀਸੀਸ ਤੋਂ ਰੈਗੂਲਰਲੀ ਡੇਲੀ ਅਪਡੇਟ ਰਿਪੋਰਟ ਲੈਣ ਕਿ ਕਿੰਨੀਆਂ ਗਿਰਦਾਵਰੀਆਂ ਤੁਸੀਂ ਕਰ ਚੁੱਕੇ ਹੋ ਸਪੈਸ਼ਲ ਗਿਰਦਾਵਰੀ ਔਰ ਤੁਸੀਂ ਕਿੰਨੀਆਂ ਆਈਡੈਂਟੀਫਾਈ ਕੀਤੀਆਂ ਕਿਉਂਕਿ ਇਹ ਨਾ ਹੋਵੇ ਕਿ ਆਪਾਂ ਐਵੇਂ ਪੰਜ ਚਾਰ ਪੈਸੇ ਨੂੰ ਦੇ ਦਈਏ ਮੁਆਵਜ਼ਾ ਅਤੇ ਬਾਕੀ 35% ਜਿਹੜੇ ਲੋਕ ਨੇ ਕਿਸਾਨ ਨੇ ਜਿਹੜੇ ਉਹ ਇਸ ਮੁਆਵਜ਼ੇ ਤੋਂ ਵਾਂਝੇ ਰਹਿ ਜਾਣ ਬਿਕੋਜ਼ ਫਿਰ ਯਾਦ ਰੱਖਣਾ ਤੁਸੀਂ ਕਿ 40% ਦੇ ਕਰੀਬ ਪੰਜਾਬ ਦੇ ਵਿੱਚ ਕਣਕ ਦਾ ਫਸਲ ਦਾ ਨੁਕਸਾਨ ਹੈ ਇਹ ਭਰਪਾਈ ਪੂਰੀ ਹੋਣੀ ਚਾਹੀਦੀ ਹੈ ਔਰ ਉਮੀਦ ਕਰਦੇ ਹਾਂ ਕਿ ਜਿਹੜਾ ਸਰਕਾਰ ਕਹਿ ਰਹੀ ਕਿ ਅਸੀਂ ਕਿਉਂਕਿ ਜਦੋਂ ਭਗਵੰਤ ਮਾਨ ਓਪੋਜੀਸ਼ਨ ਸੀ ਉਹ ਕਹਿੰਦੇ ਜੀ ਗਿਰਦਾਵਰੀਆਂ ਵਗੈਰਾ ਬਾਅਦ 'ਚ ਹੁੰਦੀਆਂ ਰਹਿਣਗੀਆਂ ਪਹਿਲਾਂ ਮੁਆਵਜ਼ਾ ਲੋਕਾਂ ਦੇ ਅਕਾਊਂਟ 'ਤੇ ਜਮ੍ਹਾਂ ਕਰਾਵਾਂਗੇ ਇਹ ਸਾਰੀ ਗੱਲ ਤੁਸੀਂ ਸੋਸ਼ਲ ਮੀਡੀਆ 'ਤੇ ਸੁਣ ਲਈ ਪਰ ਚਲੋ ਅਸੀਂ ਇੰਤਜ਼ਾਰ ਕਰਦੇ ਹਾਂ ਕਿ ਸਰਕਾਰ ਬਣਦਾ ਮੁਆਵਜ਼ਾ 15,000 ਰੁਪਏ ਪ੍ਰਤੀ ਏਕੜ ਯੂਨੀਵਰਸਲ ਤਰੀਕੇ ਨਾਲ ਇੱਕ ਸਾਰ ਸਾਰੇ ਕਿਸਾਨਾਂ ਨੂੰ ਜਿਨ੍ਹਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਉਹ ਦਿੱਤਾ ਜਾਵੇ ਇਹ ਅੱਜ ਦਾ ਮੇਰਾ ਮੁੱਦਾ ਸੀਗਾ ਉਮੀਦ ਕਰਦਾ ਕਿ ਤੁਸੀਂ ਸਾਰੇ ਇਸ ਨੂੰ ਅੱਗੇ ਸ਼ੇਅਰ ਕਰੋਗੇ ਔਰ ਜ਼ਿਆਦਾ ਤੋਂ ਜ਼ਿਆਦਾ ਸਰਕਾਰ ਦੇ ਕੁਆਰਟਰਸ ਤੱਕ ਪਹੁੰਚਾਓਗੇ ਅੱਜ ਸਾਡੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ।